Please subscribe our channel for latest updates. ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ। ਅਤੇ ਆਹ ਜਿਹੜਾ ਅੱਤਵਾਦੀ ਨੇ ਹਮਲਾ ਕਰਿਆ ਇੰਡੀਅਨ ਆਰਮੀ 'ਤੇ, ਆਉਂਦੇ ਸੀ ਵਿਚਾਰੇ, ਪਤਾ ਨਹੀਂ ਤਾਂ ਜਾਂਦੇ ਸੀ, ਰੱਬ ਜਾਣੇ ਹੈ ਨਾ ਕਿਤੇ, ਪਿੱਠ ਪਿੱਛੇ ਵਾਰ ਕਰਿਆ ਇਹਨਾਂ ਨੇ, ਹੈ ਨਾ। ਮੈਂ ਯਾਰ ਇੱਕ ਸਰਕਾਰ ਤੋਂ ਮੰਗ ਕਰਦਾ, ਮੈਂ ਫੌਜੀ ਨਹੀਂ ਹੈਗਾ, ਹੈ ਨਾ। ਮੇਰਾ ਪਿੰਡ ਨੱਥੋਵਾਲ ਆ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ, ਹੈ ਨਾ। ਮੈਂ ਕਹਿੰਦਾ ਵੀ ਇਹ ਵੀਡੀਓ ਨੂੰ ਮੇਰੀ ਨੂੰ ਮੋਦੀ ਤੱਕ ਪਹੁੰਚਾਓ। ਮੇਰੀ ਕੋਈ ਮੰਗ ਨਹੀਂ, ਕੋਈ ਤਨਖਾਹ ਦੀ ਲੋੜ ਨਹੀਂ, ਸਿਰਫ ਇੱਕ ਮਹੀਨਾ ਮੈਨੂੰ ਭਰਤੀ ਕਰੋ, ਸਿਰਫ ਇੱਕ ਮਹੀਨਾ। ਨੱਥੋਵਾਲ ਪਿੰਡ ਆ ਮੇਰਾ, ਇੱਕ ਮਹੀਨਾ ਮੈਨੂੰ ਭਰਤੀ ਕਰੋ, ਇੱਕ ਮਹੀਨੇ ਦੇ ਲਈ। ਇੱਕ ਮਹੀਨੇ ਦੀ ਮੈਨੂੰ ਕੋਈ ਤਨਖਾਹ ਨਹੀਂ ਚਾਹੀਦੀ, ਪੱਲਿਓਂ ਲੈ ਲਿਓ ਮੇਰੇ ਤੋਂ ਪੈਸੇ ਜੇ ਲੈਣੇ ਆ ਤਾਂ, ਜਿੰਨੀ ਤੁਹਾਡੀ ਤਨਖਾਹ ਵਾ 20-25 ਹਜ਼ਾਰ ਰੁਪਇਆ ਮੈਂ ਪੱਲਿਓਂ ਦਊਂਗਾ। ਮੈਨੂੰ ਭਰਤੀ ਕਰੋ ਇੱਕ ਮਹੀਨੇ ਦੇ ਲਈ, ਮੈਨੂੰ ਵੀ ਮੌਕਾ ਮਿਲੇ। ਮੈਂ ਚਾਹੁੰਦਾ, ਮੈਂ ਫੌਜੀ ਨਹੀਂ ਘਵਾਉਣਾ ਚਾਹੁੰਦਾ, ਪਰ ਮੈਂ ਚਾਹੁੰਦਾ ਵੀ ਮੈਂ ਵੀ ਕੁਛ ਕਰਾਂ ਦੇਸ਼ ਲਈ, ਠੀਕ ਆ। ਮੈਨੂੰ ਇੱਕ ਮਹੀਨੇ ਲਈ ਭਰਤੀ ਕਰੋ, ਇੱਕ ਮਹੀਨੇ 'ਚ ਉਹਨਾਂ ਨੇ 44 ਮਾਰਿਆ ਨਾ, 400 ਬੰਦੇ ਨੂੰ ਮਾਰ ਕੇ ਆਵਾਂਗੇ, ਅੰਦਰ ਵੜ ਕੇ ਮਾਰਾਂਗੇ। ਸਰਕਾਰ ਨੂੰ ਕੋਈ ਲੈਣਾ ਦੇਣਾ ਨਹੀਂ, ਅਸੀਂ ਕਿੱਥੋਂ ਮਰਜ਼ੀ ਜਾਈਏ, ਕਿੱਥੋਂ ਨਾ ਜਾਈਏ, ਠੀਕ ਆ। ਨੱਥੋਵਾਲ ਪਿੰਡ ਆ ਮੇਰਾ, ਠੀਕ ਆ। ਮੈਨੂੰ ਇੱਕ ਮੌਕਾ ਦਿਓ, ਠੀਕ ਆ। ਦੱਸੋ ਕਿੱਥੇ ਆਉਣਾ, ਮੈਂ ਉੱਥੇ ਜਾਊਂਗਾ। ਇੰਡੀਅਨ ਆਰਮੀ ਨੂੰ ਕਹਿਣਾ ਮੈਂ, ਠੀਕ ਆ, ਜੇ ਵੀਡੀਓ ਕੋਈ ਫੌਜੀ ਦੇਖਦਾ ਵੀਰ ਬਣ ਕੇ, ਸ਼ੇਅਰ ਕਰੋ, ਗੌਰਮੈਂਟ ਤੱਕ ਪਹੁੰਚਾਓ। ਮੈਨੂੰ ਕੋਈ ਤਨਖਾਹ ਦੀ ਲੋੜ ਨਹੀਂ, ਇੱਕ ਮਹੀਨਾ ਮੈਨੂੰ ਭਰਤੀ ਕਰੋ। ਇੱਕ ਮਹੀਨੇ ਦੇ ਵਿੱਚ ਉਹਨਾਂ ਨੇ 44 ਮਾਰਿਆ, 400 ਮਾਰ ਕੇ ਆਊਂਗਾ ਮੈਂ, ਪਾਰ ਜਾਊਂਗਾ ਬਾਰਡਰ ਦੇ, ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਜੇ ਕਿਸੇ ਦਾ ਪੁੱਤ ਮਰਦਾ, ਭਾਈ ਮਰਦਾ, ਕਿੰਨੀ ਤਕਲੀਫ ਹੁੰਦੀ ਆ, ਠੀਕ ਆ। ਇਹ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ, ਠੀਕ ਆ ਵੀਰੇ। ਕੋਈ ਮੰਗ ਨਹੀਂ ਸਾਡੀ, ਕੋਈ ਪੈਸੇ ਨਹੀਂ ਚਾਹੀਦੇ, ਕੁਛ ਨਹੀਂ ਚਾਹੀਦਾ, ਮੇਰੇ ਤੋਂ ਲੈ ਲਿਓ ਯਾਰ ਪਹਿਲੀ ਤਨਖਾਹ, ਕੋਈ ਚੱਕਰ ਨਹੀਂ। ਇੱਕ ਮਹੀਨੇ ਲਈ ਮੈਨੂੰ ਭਰਤੀ ਕਰ ਲਓ, ਮੋਦੀ ਤੱਕ ਇਹ ਵੀਡੀਓ ਪਹੁੰਚਾ ਦਿਓ ਵੀਰੇ। ਮੈਂ ਚਾਹੁੰਦਾ ਮੈਂ ਜਾਵਾਂ ਪਾਕਿਸਤਾਨ 'ਚ, ਜਾਵਾਂ ਅਤੇ ਉਹਨਾਂ ਨੂੰ ਸਾਲਿਆਂ ਨੂੰ ਚੁਣ ਚੁਣ ਕੇ ਮਾਰਾਂ। ਇੱਕ ਮਹੀਨਾ ਮੈਨੂੰ ਭਰਤੀ ਕਰ ਲਓ, ਮੈਨੂੰ ਕੋਈ ਮੰਗ ਨਹੀਂ, ਕੋਈ ਤਨਖਾਹ ਨਹੀਂ ਚਾਹੀਦੀ। ਇਹ ਨਹੀਂ ਹੈਗਾ ਵੀ ਤਨਖਾਹ ਦੇ ਕਰਕੇ ਫੌਜ 'ਚ ਭਰਤੀ ਹੋਣਾ, ਨਾ। ਇੱਕ ਮਹੀਨਾ ਬਸ ਮੈਨੂੰ ਵਰਦੀ ਵੀ ਨਾ ਦਿਓ, ਚਾਹੇ ਐਂ ਕਹਿ ਦਿਓ ਵੀ ਜਾਂ ਕਰ ਲਾ ਕਿਹੜਾ ਕਰਨਾ ਬਾਰਡਰ ਪਾਰ ਜਾ ਕੇ। ਮੈਂ ਦੱਸੂ ਉਹਨਾਂ ਨੂੰ ਵੀ ਜੇ ਪੁੱਤ ਮਾਰਦਾ ਕਿੰਨਾ ਤਕਲੀਫ ਹੁੰਦੀ ਆ, 400 ਨੂੰ ਮਾਰ ਕੇ ਆਊਂਗਾ, 400 ਨੂੰ, ਠੀਕ ਆ। ਇਹ ਫੁੱਦੂ ਸਮਝਦੇ ਪਿੱਠ ਪਿੱਛੇ ਵਾਰ ਕਰਕੇ ਇਹ ਸਾਨੂੰ ਦਬਾ ਲੈਣਗੇ, ਮੈਂ ਨਹੀਂ ਕਿਤੋਂ ਡਰਦਾ, ਸਿੱਧੀ ਮੇਰੀ ਧਮਕੀ ਆ ਅੱਤਵਾਦੀਆਂ ਨੂੰ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਮੈਂ ਗੌਰਮੈਂਟ ਨੂੰ ਕਹਿਣਾ ਮੋਦੀ ਤੱਕ ਪਹੁੰਚਾ ਦਿਓ ਯਾਰ। ਇੱਕ ਮਹੀਨੇ ਲਈ ਮੋਦੀ ਨੂੰ ਕਿਹਾ ਮੈਨੂੰ ਭਰਤੀ ਕਰ ਲਾ, ਇੱਕ ਮਹੀਨੇ ਲਈ, ਕੋਈ ਤਨਖਾਹ ਨਹੀਂ ਚਾਹੀਦੀ, ਕੋਈ ਮੰਗ ਨਹੀਂ ਮੇਰੀ, ਤਾਂ ਮੈਂ ਦੱਸੂ ਫਿਰ ਕਿਵੇਂ ਅੱਤਵਾਦੀ ਮਾਰੀ ਦੇ ਹੁੰਦੇ ਆ।